ਬਾਬਾ ਜੀ ਅਲਾਮਾ ਖਾਦਮ ਹੁਸੈਨ ਰਿਜ਼ਵੀ, ਹਜ਼ੂਰ ਨਾਲ ਪਿਆਰ ਕਰਨਾ ਤੇ ਅੰਨੇਵਾਹ ਪਿਆਰ ਕਰਨਾ, ਟੁੱਟ ਕੇ ਪਿਆਰ ਕਰਨਾ। ਅਸਾਂ ਕਿਸੇ ਤੋਂ ਪੁੱਛ ਪੁੱਛ ਕੇ ਪਿਆਰ ਕਰਨਾ ਜੀ, ਅੰਗੂਠੇ ਚੁੰਮਣਾ ਜਾਇਜ਼ ਹੀ ਨਹੀਂ। ਤੂੰ ਹਜ਼ਾਰ ਵਾਰੀ ਇੱਥੋਂ ਲਿਆ ਕੇ ਅੰਗੂਠੇ ਚੁੰਮ, ਜਿਹੜਾ ਕੋਈ ਗੱਲ ਕਰੇ ਉਹਨੂੰ ਆਖ ਪਿੱਛੇ ਹਟ, ਮੈਂ ਆਪਣੇ ਨਬੀ ਦਾ ਨਾਮ ਚੁੰਮਿਆ, ਤੇਰੇ ਡੇਢੇ 'ਚ ਕਿਹੜੀ ਪੀ ਰਹੀ। ਹਜ਼ੂਰ ਨਾਲ ਅੰਨੇਵਾਹ ਪਿਆਰ ਕਰਨਾ। ਆਲਾ ਹਜ਼ਰਤ ਫਰਮਾਇਆ, ਇੱਕ ਹਜ਼ੂਰ ਕੋ ਰੱਬ ਨਹੀਂ ਕਹਿਣਾ, ਦੂਸਰਾ ਰੱਬ ਕਾ ਬੇਟਾ ਨਹੀਂ ਕਹਿਣਾ, ਇਸਕੇ ਇਲਾਵਾ ਜੋ ਚਾਹ ਤੂੰ ਹਜ਼ੂਰ ਕੀ ਸ਼ਾਨ ਮੇਂ ਬਿਆਨ ਕਰ। ਹਜ਼ੂਰ ਕੀ ਸ਼ਾਨ ਕੀ ਕੋਈ ਹੱਦ ਹੀ ਨਹੀਂ ਹੈ ਯਾਰ। ਮੈਦਾਨੇ ਉਹਦ ਮੇਂ ਜਬ ਅਬਦੁੱਲਾ ਬਿਨ ਉਮੈਰ ਬਿਨ ਜ਼ੁਹੈਰ ਆਇਆ ਨਾ, ਇਸੇ ਤਲਵਾਰ ਪਕੜੀ ਹੋਈ ਤੋ ਕਹਤਾ ਦੁੱਲੂਨੀ ਅਲਾ ਮੁਹੰਮਦ ਇਨਫਾ ਵੱਲਾ ਹੀ ਲਾਕ ਤੁਲਨ ਨਾ ਬੋਲਾ ਮੂੰਹ ਤਨ ਨਾ ਦੂਣਾ। ਕਹਤਾ ਮੈਂ ਅੱਜ ਮੱਕੇ ਸੇ ਤਹੱਈਆ ਕਰਕੇ ਆਇਆ ਹੂੰ, ਮੈਨੇ ਰਸੂਲ ਅੱਲਾ ਪੇ ਹਮਲਾ ਕਰਨਾ। ਉਹਨੇ ਤਾਂ ਬਕਵਾਸ ਬੜਾ ਗੰਦਾ ਕੀਤਾ ਸੀ ਨਾ, ਮੇਰੀ ਜ਼ੁਬਾਨ ਨਹੀਂ ਗਵਾਰਾ ਕਰਦੀ, ਮੈਂ ਤਰਜਮਾ ਕਰਾਂ। ਮਾਨਾ ਇਹ ਸੀ ਮੈਂ ਹਜ਼ੂਰ ਤੇ ਹਮਲਾ ਕਰਨਾ, ਤੇ ਅੱਗੋਂ ਫਿਰ ਕੀ ਹੋਇਆ, ਫਤਹ ਹਰ ਰਦਲ ਉਹ ਅਬੂ ਦੁਜਾਨਾ। ਅਬੂ ਦੁਜਾਨਾ ਇਕੱਲੇ ਖੜੇ ਸਨ ਤੇ ਤਲਵਾਰ ਇੰਜ ਰੱਖ ਕੇ ਆ ਰਿਹਾ ਸੀ, ਤੇ ਅਬੂ ਦੁਜਾਨਾ ਸਾਹਿਬ ਨੂੰ ਵੀ ਕਹਾ ਇਧਰ ਇਧਰ ਬੰਦਾ ਬੜਾ ਡਾਢਾ ਆ ਰਿਹਾ। ਨਾ ਨਾ, ਇਸ਼ਕ ਆਪਣੇ ਫੈਸਲੇ ਕਰਨੇ ਮੈਂ ਖੁਦ ਬੜਾ ਦਲੇਰ ਹੁੰਦਾ। ਫਤਹ ਹਰ ਰਦਲ ਉਹ ਅਬੂ ਦੁਜਾਨਾ, ਅਬੂ ਦੁਜਾਨਾ ਇੰਜ ਕਰਕੇ ਅੱਗੇ ਖੜੇ। ਫਰਮਾਇਆ ਪੁੱਤਰ ਹਲੂਮਾ ਇਲਾ ਮਈ ਯਕੀ ਨਫਸਾ ਮੁਹੰਮਦ ਇਮ ਬਿਨਫਸ ਹੀ। ਫਰਮਾਇਆ ਪੁੱਤਰ ਹਜ਼ੂਰ ਵੱਲ ਤੇ ਤੂੰ ਬਾਅਦ ਵਿੱਚ ਜਾਣਾ ਨਾ, ਅਸਾਂ ਜੋ ਗਰਦਨਾ ਹਜ਼ੂਰ ਵਾਸਤੇ ਰੱਖਿਆ ਇੱਧਰ ਆਣਾ।